ਪੰਜਾਬ ਡਾਕੂਮੈਂਟ ਟੀਵੀ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਅਤੇ ਦੋਸਤੋ, ਅੱਜ ਦੀ ਵੱਡੀ ਖਬਰ ਲੈ ਕੇ ਆਏ ਹਾਜ਼ਰ ਹੋਏ ਹਾਂ ਜੀ ਤੁਹਾਡੇ ਨਾਲ। ਅਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵਾਚ ਕਰੋ। ਜੇਕਰ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸੋਚ ਰਹੇ ਹੋ ਜਾਂ ਫਿਰ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਦੀ ਸੋਚ ਰਹੇ ਹੋ, ਤਾਂ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਉਹ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣਾਂ ਵੱਲੋਂ ਔਨਲਾਈਨ ਡਰਾਈਵਿੰਗ ਲਾਇਸੈਂਸ ਔਨਲਾਈਨ ਘਰ ਬੈਠੇ ਬੈਠੇ ਬਣਾਉਣ ਦਾ ਜੋ ਪੋਰਟਲ ਹੈਗਾ, ਜੋ ਵੈਬਸਾਈਟ ਹੈਗੀ ਆ, ਉਹ ਲਾਂਚ ਹੋ ਚੁੱਕੀ ਹੈ। ਕਿਹੜੀ ਵੈਬਸਾਈਟ 'ਤੇ ਵਿਜ਼ਿਟ ਕਰਨਾ, ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ। ਸੋ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈੱਲ ਆਈਕਨ ਔਲ ਨੋਟੀਫਿਕੇਸ਼ਨ ਨੂੰ ਔਨ ਜ਼ਰੂਰ ਕਰ ਲੈਣਾ, ਤਾਂ ਜੋ ਆਉਣ ਵਾਲੀਆਂ ਵੀ ਵੀਡੀਓ ਦੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਾਡੇ ਚੈਨਲ 'ਤੇ ਦੇਖਣ ਨੂੰ ਮਿਲਦੀ ਰਹੇ ਹਰ ਰੋਜ਼। ਸੋ ਗੱਲ ਕਰ ਲੈਂਦੇ ਹੈਗੇ ਹਾਂ ਜੀ ਕਿ ਡਰਾਈਵਿੰਗ ਲਾਇਸੈਂਸ, ਜੋ ਕਿ ਪਹਿਲਾਂ RTO ਆਫਿਸਾਂ ਦੇ ਵਿੱਚ ਜਾ ਕੇ ਲਾਈਨਾਂ ਵਿੱਚ ਲੰਮੀਆਂ ਲੰਮੀਆਂ ਕਤਾਰਾਂ ਦੇ ਵਿੱਚ ਖੜ੍ਹਾ ਹੋਣਾ ਪੈਂਦਾ ਸੀ ਪੰਜਾਬ ਦੇ ਨੌਜਵਾਨ ਵੀਰਾਂ ਨੂੰ, ਭੈਣਾਂ ਨੂੰ, ਸੋ ਉਹ ਹੁਣ ਤੁਹਾਡੇ ਲਈ ਕੰਮ ਜਿਹੜਾ ਬਹੁਤ ਹੀ ਜ਼ਿਆਦਾ ਸੌਖਾ ਕਰ ਦਿੱਤਾ ਗਿਆ। ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣਾਂ ਵੱਲੋਂ ਪੰਜਾਬ ਵਾਸੀਆਂ ਦੇ ਲਈ ਔਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਜਿਹੜੀ ਆ, ਜੋ ਫੈਸਿਲਿਟੀਜ਼ ਹੈਗੀ ਆ, ਉਹਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਆ, ਜਿਸ ਦੇ ਨਾਲ ਹੁਣ ਤੁਸੀਂ ਡਰਾਈਵਿੰਗ ਲਾਇਸੈਂਸ ਜਿਹੜੀ ਆ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਆਪਣਾ ਅਪਲਾਈ ਕਰ ਸਕਦੇ ਹੈਗੇ ਹੋ। ਅਪਲਾਈ ਕਰਨ ਦੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਜਿਹੜੀ ਆ ਦੇਣ ਜਾ ਰਹੇ ਹਾਂ। ਸੋ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਦੇਖੋ ਕਿ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਕਿ ਜੋ ਪੋਰਟਲ ਅਸੀਂ ਲਾਂਚ ਕੀਤਾ ਉਸ ਦੇ ਨਾਲ ਤੁਸੀਂ ਆਪਣੇ ਕੰਪਿਊਟਰ, ਮੋਬਾਈਲ ਫੋਨ, ਟੈਬਲੇਟ, ਲੈਪਟੋਪ ਰਾਹੀਂ ਤੁਸੀਂ ਘਰ ਬੈਠੇ ਮਿੰਟਾਂ ਸਕਿੰਟਾਂ ਦੇ ਵਿੱਚ ਆਪਣਾ ਲਰਨਿੰਗ ਡਰਾਈਵਿੰਗ ਲਾਇਸੈਂਸ ਜਿਹੜਾ ਆ ਘਰ ਬੈਠੇ ਪ੍ਰਾਪਤ ਜਿਹੜਾ ਤੁਸੀਂ ਕਰ ਸਕਦੇ ਹੈਗੇ ਹੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਜੋ ਪੋਰਟਲ ਲਾਂਚ ਕੀਤਾ ਗਿਆ ਉਹਦੇ ਵਿੱਚ ਤੁਸੀਂ ਆਪਣਾ ਲਰਨਰ ਲਾਇਸੈਂਸ ਜਿਹੜਾ ਆ ਪੰਜਾਬ ਦੇ ਤੁਸੀਂ ਕਿਸੇ ਵੀ ਸ਼ਹਿਰ ਤੋਂ, ਕਿਸੇ ਵੀ ਪਿੰਡ ਤੋਂ ਬਿਲੋਂਗ ਕਰਦੇ ਹੋ, ਤੁਸੀਂ ਘਰ ਬੈਠੇ ਕੁਝ ਪਰੂਫ ਆ ਜਿਹੜੇ ਉਹ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ, ਜਿਹਦੇ ਨਾਲ ਤੁਸੀਂ ਆਪਣਾ ਲਰਨਰ ਲਾਇਸੈਂਸ ਜਿਹੜਾ ਅਪਲਾਈ ਕਰ ਸਕਦੇ ਹੋ। ਪਰੂਫਾਂ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ 10ਵੀਂ ਦਾ ਕਲਾਸ ਦਾ ਸਰਟੀਫਿਕੇਟ ਹੋਣਾ ਬਹੁਤ ਹੀ ਜ਼ਿਆਦਾ ਲਾਜ਼ਮੀ ਆ। ਨੰਬਰ 2 ਪਰੂਫ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਆ। ਆਧਾਰ ਕਾਰਡ ਦੇ ਉੱਪਰ ਜੋ ਤੁਹਾਡੀ ਜਨਮ ਤਰੀਕ ਆ ਉਹ ਹੋਣੀ ਪੂਰੀ ਹੋਣੀ ਚਾਹੀਦੀ ਆ। ਨੰਬਰ 3 ਪਰੂਫ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਇੱਕ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਆ। ਪਰੂਫ ਨੰਬਰ 4 ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਮੈਡੀਕਲ ਸਰਟੀਫਿਕੇਟ ਹੋਣਾ ਜ਼ਰੂਰੀ ਆ। ਪਰੂਫ ਨੰਬਰ 5 ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਤੁਹਾਡੇ ਪਲੇਨ ਪੇਪਰ ਦੇ ਉੱਤੇ ਸਿਗਨੇਚਰ ਜਿਹੜੇ ਆ ਉਹ ਹੋਣੇ ਜ਼ਰੂਰੀ ਨੇ। ਇਹ ਸਾਰੇ ਹੀ ਡਾਕੂਮੈਂਟ ਜੋ ਕਿ ਤੁਹਾਨੂੰ ਔਨਲਾਈਨ ਹੀ ਅਪਲੋਡ ਕਰਨੇ ਹੋਣਗੇ, ਠੀਕ ਹੈ। ਸੋ ਪੋਰਟਲ ਦੀ ਗੱਲ ਕਰੀਏ ਤਾਂ ਇਸ ਪੋਰਟਲ ਦਾ, ਇਸ ਵੈਬਸਾਈਟ ਦਾ ਜੋ ਲਿੰਕ ਹੈਗਾ ਉਹ ਮੈਂ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦਿੱਤਾ ਆ। ਉੱਥੇ ਜਾ ਕੇ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਆਪ ਖੁਦ ਵੀ ਅਪਲਾਈ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਖੁਦ ਦਾ ਡਰਾਈਵਿੰਗ ਲਾਇਸੈਂਸ ਅਪਲਾਈ ਨਹੀਂ ਕਰ ਸਕਦੇ ਹੈਗੇ ਤਾਂ ਤੁਸੀਂ ਸਾਡੇ ਕੋਲੋਂ ਵੀ ਅਪਲਾਈ ਕਰ ਸਕਦੇ ਹੈਗੇ ਹੋ। ਜੇਕਰ ਅਪਲਾਈ ਕਰਨਾ ਹੈ ਤਾਂ ਸਿਰਫ ਉਹੀ ਵਿਅਕਤੀ ਸਾਨੂੰ ਫੋਨ ਕਰੇ, ਬਾਕੀ ਪ੍ਰੋਸੈਸ ਜਿਹੜਾ ਹੈ ਤੁਹਾਨੂੰ ਅਸੀਂ ਆਪਣੀਆਂ ਪੁਰਾਣੀਆਂ ਵੀਡੀਓ ਵਿੱਚ ਦੱਸਿਆ ਹੋਇਆ ਕਿ ਡਰਾਈਵਿੰਗ ਲਾਇਸੈਂਸ ਨੂੰ ਕਿਵੇਂ ਅਪਲਾਈ ਕਰਨਾ, ਉਹ ਵੀਡੀਓ ਜ਼ਰੂਰ ਵੇਖੋ, ਠੀਕ ਹੈ। ਸੋ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਜਿਸ ਨਾਲ ਚਾਹਵਾਨ ਲੋਕ ਲਰਨਿੰਗ ਡਰਾਈਵਿੰਗ ਲਾਇਸੈਂਸ ਸੌਖਿਆ ਹੀ ਆਪਣੇ ਘਰ 'ਚ ਹੀ ਪ੍ਰਾਪਤ ਕਰ ਲੈਣਗੇ। ਡਾਕ ਰਾਹੀਂ ਲਾਇਸੈਂਸ ਜਿਹੜਾ ਤੁਹਾਨੂੰ ਮਿਲਿਆ ਕਰੇਗਾ। ਲੋਕਾਂ ਨੂੰ ਹੁਣ ਤੱਕ RTO ਦਫ਼ਤਰਾਂ ਦੇ ਵਿੱਚ ਟਰੈਕਾਂ 'ਤੇ ਜਾਣਾ ਪੈਂਦਾ ਸੀ, ਪਰ ਹੁਣ ਟਰੈਕਾਂ 'ਤੇ ਵੀ ਜਾਣ ਦੀ ਲੋੜ ਨਹੀਂ ਆ। ਜੇਕਰ ਤੁਸੀਂ ਆਪਣਾ ਟਰੈਕ ਜਿਹੜਾ ਆ ਕਿਸੇ ਵੀ ਡਰਾਈਵਿੰਗ ਲਾਇਸੈਂਸ ਸਕੂਲ ਵਿੱਚ ਜਾ ਕੇ ਟਰਾਈ ਲੈ ਲੈਂਦੇ ਹੈਗੇ ਹੋ, ਟਰਾਈ ਤੁਸ ਉੱਥੇ ਜਾ ਕੇ ਤੁਸੀਂ ਟਰਾਈ ਆਪਣੀ ਪਾਸ ਕਰ ਲੈਂਦੇ ਹੋ, ਤਾਂ ਤੁਹਾਨੂੰ RTO ਆਫਿਸ ਦੇ ਵਿੱਚ ਜਾ ਕੇ ਕੋਈ ਵੀ ਟਰਾਈ ਜਿਹੜੀ ਆ ਨਹੀਂ ਦੇਣੀ ਹੋਵੇਗੀ, ਠੀਕ ਹੈ। ਸੋ ਜਿਹੜਾ ਪੋਰਟਲ ਦਾ ਲਿੰਕ ਹੈਗਾ, ਜੋ ਵੈਬਸਾਈਟ ਦਾ ਲਿੰਕ ਹੈਗਾ, ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਅਸੀਂ ਕਰ ਦਿੱਤਾ ਆ। ਉਹ ਜੋ ਲਿੰਕ ਹੈਗਾ ਉੱਥੇ ਜਾ ਕੇ ਤੁਸੀਂ ਹੋਰ ਜਾਣਕਾਰੀ ਵੀ ਜਿਹੜੀ ਆ ਲੈ ਸਕਦੇ ਹੈਗੇ ਹੋ। ਸੋ ਹੋਰ ਖਬਰਾਂ ਦੀ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ।